ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਈਏ ਦਰਸਾਇਆ ਹੈ ਕਿ ਆਪਣੇ ਵਿਚਾਰਾਂ ਤੇ ਕਾਬੂ ਪਾਓ ਕਿਉਂਕਿ ਵਿਚਾਰਾਂ ਨਾਲ ਹੀ ਸਾਡਾ ਜੀਵਨ ਬਣਦਾ ਹੈ ਭਾਵੇਂ ਵਿਚਾਰ ਅੰਦਰੋਂ ਉਪਜਦੇ ਹਨ ਪਰ ਬਾਹਰਲੇ ਸੰਗ ਦਾ ਵਿਚਾਰਾਂ ਤੇ ਅਸਰ ਪੈਂਦਾ ਹੈ ਇਸ ਲਈ ਕੁਸੰਗਤ ਤੋਂ ਬਚੋ ਕਿਉਂਕਿ ਬੁਰੇ ਜਿਹੜੇ ਵਿਚਾਰ ਹਨ ਇਹ ਤਾਂ ਸਦਾਚਾਰੀ ਮਨੁੱਖ ਨੂੰ ਵੀ ਪਾਪਾਂ ਦੇ ਪੰਜੇ ਵਿੱਚ ਫਸਾ ਦਿੰਦੇ ਹਨ ਤੇ ਫਿਰ ਬੁਰੇ ਦੇ ਸੰਗ ਤੋਂ ਬਚਣ ਲਈ ਕੀ ਉਪਾਅ ਹੈ ਇਹ ਦਰਸਾਇਆ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਸਿਰਲੇਖ ਹੈ ਮਿਲ ਸਤ ਸੰਗਤ ਹਰ ਨਾਮ ਤੇ ਆਈਏ ਮਨੁੱਖ ਜਿਸ ਤਰ੍ਹਾਂ ਦੇ ਵਿਚਾਰ ਵਿਚਾਰਦਾ ਹੈ ਉਹ ਜਿਹਾ ਹੀ ਬਣ ਜਾਂਦਾ ਹੈ ਆਪਣੇ ਵਿਚਾਰਾਂ ਤੇ ਕਾਬੂ ਪਾਓ ਵਿਚਾਰ ਅੰਦਰੋਂ ਹੀ ਉਪਈਦੇ ਹਨ ਪਰ ਅਕਸਰ ਸੰਗ ਤੋਂ ਵਿਚਾਰ ਉਪਈਦੇ ਹਨ ਤਾਂ ਤੇ ਸੰਗ ਕਰਨ ਵਿੱਚ ਵਿਵੇਕ ਬੁੱਧੀ ਤੋਂ ਕੰਮ ਲਾਓ ਸੰਗ ਵੀ ਨਿਹਰਾ ਮਨੁੱਖਾਂ ਦੇ ਪਾਸ ਬੈਠਣ ਦਾ ਨਾਮ ਨਹੀਂ ਪੁਸਤਕਾਂ ਦਾ ਪੜਨਾ ਵੀ ਸੰਗੀ ਹੈ ਤਾਂ ਤੇ ਆਪਣੇ ਸੰਗ ਲਈ ਮਨੁੱਖਾਂ ਦੀ ਚੋਣ ਤੇ ਪੁਸਤਕਾਂ ਦੀ ਚੋਣ ਵਿੱਚ ਵਿਵੇਕ ਬੁੱਧੀ ਵਧੇਰੇ ਖਰਚ ਕਰਿਆ ਕਰੋ ਬੜੀ ਸਾਵਧਾਨੀ ਨਾਲ ਮਨ ਨੂੰ ਬੁਰੇ ਕਮਾਂ ਦੀਆਂ ਸੋਚਾਂ ਤੋਂ ਰੋਕੋ ਜਿੰਨਾ ਹੀ ਬੁਰੇ ਖਿਆਲਾਂ ਦਾ ਵਿਚਾਰ ਘਟੇਗਾ ਤੇ ਨਾਮ ਜਪ ਵਧੇਗਾ ਉਨਾ ਹੀ ਤੁਸੀਂ ਸੁਖ ਤੇ ਸ਼ਾਂਤੀ ਦੇ ਨੇੜੇ ਹੁੰਦੇ ਜਾਓਗੇ ਬੁਰੇ خیال ਦਾ ਵਿਚਾਰ ਸਦਾਚਾਰੀ ਮਨੁੱਖ ਨੂੰ ਵੀ ਪਾਪਾਂ ਦੇ ਪੰਜੇ ਵਿੱਚ ਫਸਾ ਦਿੰਦਾ ਹੈ ਹਾਂਜੀ ਜਿੰਨਾ ਹੀ ਬੁਰੇ ਖਿਆਲਾਂ ਦਾ ਵਿਚਾਰ ਘਟੇਗਾ ਤੇ ਨਾਮ ਜਪ ਵਧੇਗਾ ਉਨਾ ਹੀ ਤੁਸੀਂ ਸੁਖ ਤੇ ਸ਼ਾਂਤੀ ਦੇ ਨੇੜੇ ਆਉਂਦੇ ਜਾਓਗੇ ਬੁਰੇ خیال ਦਾ ਵਿਚਾਰ ਸਦਾਚਾਰੀ ਮਨੁੱਖ ਨੂੰ ਵੀ ਪਾਪਾਂ ਦੇ ਪੰਜੇ ਵਿੱਚ ਫਸਾ ਦਿੰਦਾ ਹੈ ਅਜੇ ਪੁਸਤਕ ਨਾ ਪੜੋ ਜਿਨ੍ਹਾਂ ਦੇ ਪੜਨ ਨਾਲ ਪਾਪਾਂ ਵੱਲ ਰੁਚੀ ਵਧੇ ਭਾਵੇਂ ਉਹਨਾਂ ਪੁਸਤਕਾਂ ਦਾ ਨਾਮ ਸ਼ਾਸਤਰੀ ਕਿਉਂ ਨਾ ਹੋਵੇ ਪਰਮਾਰਥ ਵੱਲ ਰੁਚੀ ਵਧਾਣ ਵਾਲੇ ਗ੍ਰੰਥੀ ਪੜੋ ਤੇ ਸੁਣੋ ਐਸੀਆਂ ਤਸਵੀਰਾਂ ਨਾ ਖਰੀਦੋ ਨਾ ਲਟਕਾਓ ਜੋ ਹੇਠਲੇ ਪਾਸੇ ਵੱਲ ਸੁਰਤ ਨੂੰ ਲੈ ਜਾਣ ਅੱਛੀ ਸੰਗਤ ਕਰੋ ਬੁਰਾ ਸੰਗ ਛੱਡੋ ਕੰਨਾਂ ਨਾਲ ਬੁਰੀ ਗੱਲ ਨਾ ਸੁਣੋ ਨੈਣਾ ਨਾਲ ਬੁਰੀ ਮੂਰਤ ਨਾ ਤੱਕੋ ਜੀਬ ਨਾਲ ਬੁਰੀ ਗੱਲ ਨਾ ਆਖੋ ਹੱਥਾਂ ਨਾਲ ਬੁਰਾ ਕੰਮ ਨਾ ਕਰੋ ਪੈਰਾਂ ਨਾਲ ਬੁਰੇ ਪਾਸੇ ਚੱਲ ਕੇ ਨਾ ਜਾਓ। ਮਨ ਨਾਲ ਬੁਰੇ ਖਿਆਲਾਂ ਨੂੰ ਨਾ ਚਿਤਵੋ ਤੇ ਬੁੱਧੀ ਨਾਲ ਬੁਰੇ ਖਿਆਲਾਂ ਦਾ ਵਿਚਾਰ ਨਾ ਕਰੋ। ਪਰ ਬੁਰੇ ਸੰਗ ਤੋਂ ਬਚਣ ਲਈ ਕੀ ਉਪਾਅ ਹੈ? ਆਪਣਾ ਨਿਤਨੇਮ ਕਰਨਾ। ਗੁਰਬਾਣੀ ਦਾ ਕੀਰਤਨ ਸੁਣਨਾ। ਗੁਰੂ ਗ੍ਰੰਥ ਸਾਹਿਬ ਜੀ ਦਾ ਘਟ ਤੋਂ ਘਟ ਇੱਕ ਸ਼ਬਦ ਦਾ ਵਿਚਾਰ ਨਾਲ ਰੋਜ਼ ਪਾਠ ਕਰਨਾ। ਗੁਰਬਾਣੀ ਦੇ ਰਹਿਤ ਵਾਲੇ ਦਾ ਸਤਸੰਗ ਕਰਨਾ। ਗੁਰਬਾਣੀ ਤੇ ਅਭਿਆਸ ਨਾਲ ਵਿਵੇਕ ਬੁੱਧੀ ਉਪਜੇਗੀ ਇੱਕ ਕੁਸੰਗ ਤੋਂ ਵਰਜੇਗੀ ਤੇ ਸਾਈਂ ਵੱਲ ਪ੍ਰੇਰੇਗੀ ਹਾਂਜੀ ਫਿਰ ਦੁਹਰਾ ਦਈ ਪਰ ਬੁਰੇ ਦੇ ਸੰਗ ਤੋਂ ਬਚਣ ਲਈ ਕੀ ਉਹ ਪਾਉ ਹੈ ਆਪਣਾ ਨਿਤਨੇਮ ਕਰਨਾ ਗੁਰਬਾਣੀ ਦਾ ਕੀਰਤਨ ਸੁਣਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਘਟ ਤੋਂ ਘਟ ਇੱਕ ਸ਼ਬਦ ਦਾ ਵਿਚਾਰ ਨਾਲ ਰੋਜ਼ ਪਾਠ ਕਰਨਾ ਗੁਰਬਾਣੀ ਦੇ ਰਹਿਤ ਵਾਲੇ ਦਾ ਸਤਸੰਗ ਕਰਨਾ ਗੁਰਬਾਣੀ ਤੇ ਅਭਿਆਸ ਨਾਲ ਵਿਵੇਕ ਬੁੱਧੀ ਉਪਜੇਗੀ ਇਹ ਕੁਸੰਗ ਤੋਂ ਵਰਜੇਗੀ ਤੇ ਸਾਈਂ ਵੱਲ ਪ੍ਰੇਰੇਗੀ ਤੇ ਦੱਸੇਗੀ ਕਿ ਮਤ ਵਿੱਚ ਪੈ ਰਹੀ ਪਾਪਾਂ ਦੀ ਮੈਲ ਅੰਦਰ ਇਕੱਠੇ ਹੋ ਰਹੇ ਪਾਪਾਂ ਦੇ ਸੰਸਕਾਰ ਨਾਮ ਅਭਿਆਸ ਨਾਲ ਦੂਰ ਹੋਣਗੇ ਨਾਮ ਅਭਿਆਸ ਕਰਦੇ ਆਂ ਅੰਦਰ ਨਿਰਮਲ ਹੋ ਕੇ ਪਰਮਾਤਮਾ ਨਾਲ ਜਾ ਮਿਲੇਗਾ ਐਉਂ ਸੁਖ ਸਾਰਾ ਮਿਲ ਜਾਏਗਾ ਹਾਂ ਇਹ ਬੁੱਧੀ ਜੋ ਪਰਮਾਤਮਾ ਨਾਲ ਮੇਲ ਦੇਂਦੀ ਹੈ ਗੁਰਬਾਣੀ ਤੋਂ ਉਪਜੇਗੀ ਇਹੋ ਆਤਮ ਵਿਸਣੀ ਬੁੱਧੀ ਹੈ ਤੇ ਵਿੱਚੋਂ ਪਰ ਗਿਆ ਪਰ ਹਿੰਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ